ਸਿਆਸੀ ਜੰਗ ਦੇ ਨਾਲ ਨਾਲ ਸੋਸ਼ਲ ਮੀਡੀਆ ਐਪਸ ਨੂੰ ਲੈ ਕੇ ਵੀ ਵਾਰ ਜਾਰੀ ਹੈ। ਬੀਤੇ ਦਿਨ ਅਮਰੀਕਾ ਨੇ ਚੀਨ ਦੀ ਵੀਡੀਓ ਐਪ ਟਿਕਟੌਕ ਨੂੰ ਡਾਊਨਲੋਡ ਕਰਨ ਅਤੇ ਮੈਸੇਜਿੰਗ ਐਪ ਵੀਚੈਟ ਦੀ ਵਰਤੋਂ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਸਰਕਾਰ ਵੱਲੋਂ ਇਹ ਫੈਸਲਾ ਅਮਰੀਕਾ ਚੀਨ ਵਿਚਾਲੇ ਤਣਾਅ ਦੇ ਚੱਲਦਿਆਂ ਅਤੇ ਅਮਰੀਕਾ ਦੁਆਰਾ ਟਿਕਟੌਕ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਦੇ ਦਰਮਿਆਨ ਆਇਆ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਸੀਂ ਜਾਂ ਤਾਂ ਸੁਰੱਖਿਆ ਕਾਰਨਾਂ ਕਰਕੇ ਦੇਸ਼ ਵਿੱਚ ਟਿਕਟੌਕ ਨੂੰ ਬੰਦ ਕਰ ਦੇਵਾਂਗੇ ਜਾਂ ਇਸ ਨੂੰ ਵੇਚ ਦਿੱਤਾ ਜਾਵੇ। ਅਗਸਤ ਵਿੱਚ ਟਰੰਪ ਨੇ ਚਾਈਨੀਜ਼ ਕੰਪਨੀ ਬਾਈਟਡਾਂਸ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਟਿਕਟੌਕ ਅਮਰੀਕਾ ਨੂੰ ਖੁਦ ਵੇਚ ਦੇਵੇ ਜਾਂ ਫਿਰ ਇਸ ਵੀਡੀਓ ਐਪ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਸ ਬਾਰੇ ਟਰੰਪ ਦਾ ਕਹਿਣਾ ਕਿ ਇਹਨਾਂ ਐਪਸ ਤੋਂ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਦਾਅਵਾ ਕੀਤਾ ਸੀ ਕਿ ਟਿਕਟੌਕ ਦੇ ਵੀਚੈਟ ਜਿਹੇ ਹੋਰ ਐਪਲੀਕੇਸ਼ਨਸ ਅਮਰੀਕਾ ਦਾ ਡਾਟਾ ਚੀਨ ਨੂੰ ਭੇਜਦੇ ਨੇ। ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹਨਾਂ ਐਪਸ ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ। ਡੋਨਾਲਡ ਟਰੰਪ ਦੇ ਇਸ ਹੁਕਮ ਤੋਂ ਬਾਅਦ ਹੁਣ ਅਮਰੀਕਾ ਵਿੱਚ ਟਿਕਟੌਕ ਦੇ ਵੀਚੈਟ ਐਪ 20 ਸਤੰਬਰ ਤੋਂ ਡਾਊਨਲੋਡ ਨਹੀਂ ਕੀਤੇ ਜਾ ਸਕਣਗੇ। ਦੱਸ ਦਈਏ ਕਿ ਬੀਤੇ ਮਹੀਨੇ ਟਰੰਪ ਨੇ ਟਿਕਟੌਕ ਦੇ ਵੀਚੈਟ ਤੇ ਰੋਕ ਲਗਾਉਣ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ, ਜਿਸ ਦੇ ਤਹਿਤ ਦੋਵੇਂ ਚੀਨੀ ਕੰਪਨੀਆਂ ਆਪਣਾ ਮਾਲਿਕਾਨਾ ਹੱਕ ਕਿਸੇ ਅਮਰੀਕੀ ਕੰਪਨੀਆਂ ਨੂੰ ਦੇ ਕੇ ਅਮਰੀਕਾ 'ਚ ਲੱਗਣ ਵਾਲੀ ਰੋਕ ਤੋਂ ਬਚ ਸਕਦੀਆਂ ਨੇ। ਇਸ ਸਮੇਂ ਟਿਕਟੌਕ ਦਾ ਮਾਲਿਕਾਨਾ ਹੱਕ ਚਾਈਨਾ ਦੀ ਕੰਪਨੀ ਬਾਈਟਡਾਂਸ ਕੋਲ ਹੈ। ਸ਼ੁਰੂਆਤ ਵਿੱਚ ਟਿਕਟੌਕ ਨਾਲ ਗੱਲਬਾਤ ਵਿੱਚ ਮਾਈਕਰੋਸਾਫਟ ਸ਼ਾਮਲ ਸੀ, ਹਾਲਾਂਕਿ ਹੁਣ ਓਰੈਕਲ ਅਤੇ ਵਾਲਮਾਰਟ ਵੀ ਇਸ ਸੰਬੰਧ ਵਿੱਚ ਬਾਈਟਡਾਂਸ ਨਾਲ ਗੱਲਬਾਤ ਕਰ ਰਹੇ ਨੇ। ਵੇਖਣਾ ਹੋਵੇਗਾ ਕਿ ਟਿਕਟੌਕ ਬਾਈਟਡਾਂਸ ਤੋਂ ਕਿਸੇ ਅਮਰੀਕੀ ਕੰਪਨੀ ਦੇ ਹੱਥਾਂ ਵਿੱਚ ਜਾਵੇਗੀ ਜਾਂ ਫਿਰ ਅਮਰੀਕਾ 'ਚ ਬੈਨ ਹੋ ਜਾਵੇਗੀ। ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀਵੀ।